ਛੋਟੇ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਵਿੱਚ ਐਂਟਰੀ ਹੋ ਚੁੱਕੀ ਹੈ। ਵੱਖ ਵੱਖ ਕੋਨੇ ਤੋਂ ਆਏ ਪ੍ਰਸ਼ੰਸਕ ਉਸ ਦੀ ਇੱਕ ਝਲਕ ਪਾਉਣ ਦੇ ਲਈ ਬਾਹਰ ਇੰਤਜ਼ਾਰ ਕਰ ਰਹੇ ਹੈ ਅਤੇ ਲਗਾਤਾਰ ਲੋਕ ਵਧਾਈ ਦੇਣ ਲਈ ਸਿੱਧੂ ਪਰਿਵਾਰ ਨੂੰ ਆ ਰਹੇ। ਅੱਜ ਜਿਵੇਂ ਹੀ ਹਸਪਤਾਲ ਦੇ ਵਿੱਚੋਂ ਛੁੱਟੀ ਮਿਲੀ, ਸ੍ਰੀ ਦਮਦਮਾ ਸਾਹਿਬ ਮੱਥਾ ਟੇਕਣ ਤੋਂ ਬਾਅਦ ਹਵੇਲੀ ਦੇ ਵਿੱਚ ਐਂਟਰੀ ਹੈ ਜਿਹੜੀ ਛੋਟੇ ਸਿੱਧੂ ਦੀ ਹੋਈ ਹੈ ਅਤੇ ਬਾਹਰ ਹਵੇਲੀ ਦੇ ਲੋਕਾਂ ਦਾ ਤੰਤਾ ਲੱਗਿਆ ਹੋਇਆ ਕਿ ਕਿਸ ਤਰ੍ਹਾਂ ਉਹਨਾਂ ਦੀ ਝਲਕ ਹੈ ਜਿਹੜੀ ਪਾਈ ਜਾਵੇ। ਅਤੇ ਲਗਾਤਾਰ ਲੋਕ ਮੂਸੇ ਪਿੰਡ ਪਹੁੰਚ ਕੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੀਆਂ ਖੁਸ਼ੀਆਂ ਵਿੱਚ ਸ਼ਰੀਕ ਹੋ ਰਹੇ ਹੈ ਅਤੇ ਲਗਾਤਾਰ ਲੋਕ ਵਧਾਈ ਦੇ ਰਹੇ ਹੈ ਕਿ ਸਿੱਧੂ ਮੂਸੇਵਾਲੇ ਦੇ ਘਰ 2 ਸਾਲ ਬਾਅਦ ਖੁਸ਼ੀ ਹੈ ਜਿਹੜੀ ਉਹ ਲੌਟੀ ਹੈ। ਇਸ ਕਰਕੇ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਹੈ। UK ਤੋਂ ਵੀ ਲੋਕ ਕੁਛ ਆਏ ਹੋਏ ਹੈ, ਉਹਨਾਂ ਦੇ ਨਾਲ ਗੱਲ ਕਰ ਲੈਂਦੇ ਹਾਂ। ਇੱਥੋਂ ਆਏ ਹੋ, ਕੀ ਨਾਮ ਹੈ? ਮੇਰਾ ਪਿੰਡ ਕਿਲਾ ਰੈਪਰ ਹੈ, ਨਾਂ ਭੁਪਿੰਦਰ ਸਿੰਘ ਭੂਰ ਮਾਸਟਰ ਕਹਿੰਦੇ ਨੇ ਮੈਨੂੰ। ਮੈਂ USA ਸੈਟਲ ਹਾਂ ਪਿਛਲੇ 15 ਸਾਲ ਤੋਂ ਆਈ ਹਾਂ। ਮੈਂ ਹੁਣ ਮੂਸੇ ਇਹਨਾਂ ਨੂੰ ਵਧਾਈਆਂ ਦੇਣ, ਜਦੋਂ ਪਤਾ ਲੱਗਿਆ ਵੀ ਨਵੇਂ ਬੱਚੇ ਨੇ ਬਰਥ ਲਿਆ ਤਾਂ ਬਹੁਤ ਖੁਸ਼ ਹੋਈ ਵੀ ਮੈਂ ਅਮੈਰੀਕਾ ਤੋਂ ਆਇਆ, ਇਹਨਾਂ ਨੂੰ ਵਧਾਈਆਂ ਦੇਣ। ਅਸੀਂ ਵੇਟ ਕਰ ਰਹੇ ਹਾਂ ਵੀ ਅੰਦਰ ਜਾਈਏ ਅਤੇ ਉਹਨਾਂ ਦਾ ਮੂੰਹ ਮਿੱਠਾ ਕਰਾਈਏ। ਇਹ ਬਹੁਤ ਖੁਸ਼ੀ ਦਾ ਮੌਕਾ ਹੈ ਕਿਉਂਕਿ ਜਿੰਨਾ ਦੁੱਖ ਪਹਿਲਾਂ ਹੋਇਆ ਸੀ ਮੂਸੇਵਾਲੇ ਦੇ ਜਾਣ ਦਾ, ਉਹਨੂੰ ਕਈ ਗੁਣਾ ਜ਼ਿਆਦਾ ਹੁਣ ਖੁਸ਼ੀ ਹੋਈ ਹੈ ਵੀ ਉਹ ਦੁਬਾਰੇ ਇਸ ਦੁਨੀਆ 'ਚ ਆਇਆ ਅਤੇ ਦੁਬਾਰੇ ਉਸਨੇ ਘਰ ਦੇ ਵਿੱਚ ਅੱਜ ਪ੍ਰਵੇਸ਼ ਕੀਤਾ। ਸਿੱਧੂ ਮੂਸੇਵਾਲਾ 2 ਸਾਲ ਹੋ ਗਏ ਸਾਡੇ ਤੋਂ ਚਲੇ ਗਿਆ, ਪਰ ਵਿਦੇਸ਼ ਦੇ ਵਿੱਚ ਕਿਹਾ ਜਿਹਾ ਮਾਹੌਲ ਹੈ ਜਦੋਂ ਦੀ ਇਹ ਖੁਸ਼ੀ ਮਿਲੀ ਹੈ? ਉੱਥੇ ਜ਼ਿਆਦਾਤਰ ਲੋਕ ਕਿਉਂਕਿ ਇਹਦੇ ਜਿਹੜੇ ਗੀਤ ਸੀ ਫੋਰਨ ਦੇ ਵਿੱਚ ਬਹੁਤ ਜ਼ਿਆਦਾ, ਅਮੈਰੀਕਾ, ਕਨੇਡਾ, ਇੰਗਲੈਂਡ, ਉਹਦੇ ਵਿੱਚ ਉੱਥੇ ਜਾ ਕੇ ਬਹੁਤ ਜ਼ਿਆਦਾ ਇਹਦੇ ਫੈਨ ਸੀ ਅਤੇ ਬਹੁਤ ਜ਼ਿਆਦਾ ਇਹਨੂੰ ਲਾਈਕ ਕਰਦੇ ਸੀ। ਜ਼ਿਆਦਾ ਜੇ ਤੁਸੀਂ ਘਰਾਂ 'ਚ ਵੀ ਸਾਡੇ ਜਾ ਕੇ ਦੇਖੋਗੇ ਤਾਂ ਮਤਲਬ ਇਹਦੇ ਗੀਤ ਅੱਜ ਵੀ ਉਸੇ ਤਰ੍ਹਾਂ ਚੱਲਦੇ ਨੇ। ਜਦੋਂ ਹੁਣ ਤਾਂ ਸਾਨੂੰ ਤਾਂ ਕਈ ਗੁਣਾ ਵੱਧ ਚੱਲਦੇ ਨੇ ਉਹਦੇ ਜਾਣ ਨਾਲ, ਲੋਕ ਯਾਦ ਕਰਦੇ ਨੇ ਉਹ ਜਿਹਾ ਨੌਜਵਾਨ ਸੋਹਣਾ ਸੁਨੱਖਾ ਚੱਲਿਆ ਗਿਆ। ਬਹੁਤ ਦੁੱਖ ਦੀ ਗੱਲ ਸੀ, ਇਕੱਲਾ ਮਾਂ ਪਿਓ ਦਾ ਪੁੱਤ ਦਾ ਚਲਿਆ ਜਾਣਾ ਜੀ ਦੁੱਖ ਦੀ ਘਟਨਾ ਹੁੰਦੀ ਹੈ, ਇੱਕ ਚੰਗਾ ਕਲਾਕਾਰ ਚਲਿਆ ਜਾਣਾ ਉਹ ਤਾਂ ਫਿਰ ਕਈ ਗੁਣਾ ਦੁੱਖ ਜਿਹੜਾ ਵੱਧ ਜਾਂਦਾ। ਕੀ ਕਹੋਗੇ ਸਰਦਾਰ ਜੀ, ਲੱਡੂ ਵੰਡ ਰਹੇ ਹੋ, ਕਿੰਨੀ ਕੁ ਖੁਸ਼ੀ ਹੈ ਪ੍ਰਵੇਸ਼? ਬਹੁਤ ਜ਼ਿਆਦਾ ਖੁਸ਼ੀ ਹੈ ਜੀ ਸਾਨੂੰ ਅੱਜ ਸ਼ੋਅ ਦੀ ਜਿਹੜੀ ਘਰ ਵਾਪਸੀ ਆ ਇਹਦੇ ਤਾਂ ਇੰਨੀ ਖੁਸ਼ੀ ਆ ਵੀ ਖੁਸ਼ੀ ਨਾਲ ਫੁੱਲੇ ਨਹੀਂ ਸਮਾਉਂਦੇ। ਅੱਜ ਪਿੰਡ ਛਪਾਰ ਤੋਂ ਅਸੀਂ ਆਏ ਹਾਂ ਅਤੇ ਮੂੰਹ ਮਿੱਠਾ ਕਰਾਉਣਾ ਸੀ ਕਾਕੇ ਦਾ, ਉਹਨਾਂ ਦੀ ਐਂਟਰੀ 'ਤੇ। ਤੁਸੀਂ ਵੀ? ਮੈਂ ਮੌਜੂਦਾ ਡਾਇਰੈਕਟਰ ਔਰ ਸਾਬਕਾ ਪ੍ਰਿੰਸੀਪਲ ਖਾਲਸਾ ਸਕੂਲ ਮੰਡੀ ਬਹਾਦਰਗੜ੍ਹ ਤੋਂ ਆਇਆ। ਸਾਨੂੰ ਸ਼ੋਭਦੀਪ ਸਿੰਘ ਦੇ ਇੱਥੇ ਪਹੁੰਚਣ 'ਤੇ ਬਹੁਤ ਬਹੁਤ ਖੁਸ਼ੀ ਆ। ਅਸੀਂ ਮਿਠਾਈ ਲੈ ਕੇ ਆਏ ਹਾਂ ਬਾਪੂ ਬਲਕੌਰ ਸਿੰਘ ਨੂੰ ਮਿਲਣ ਲਈ ਔਰ ਉਹਨਾਂ ਨੂੰ ਸ਼ੁਭਕਾਮਨਾ ਦੇਣ ਲਈ। ਅਸੀਂ ਸ਼ੋਭਦੀਪ ਸਿੰਘ ਦੇ ਕੱਟੜ ਸਮਰਥਕ ਹਾਂ, ਅਸੀਂ ਚਾਹੇ ਉੱਚੀਆਂ ਪੋਸਟਾਂ ਦੇ ਹਾਂ ਪਰ ਉਹਨਾਂ ਦੇ ਗੀਤਾਂ ਨੂੰ, ਉਹਨਾਂ ਦੀ ਪੰਜਾਬੀ ਸ਼ਬਦਾਵਲੀ ਨੂੰ, ਉਹਨਾਂ ਦੇ ਪੰਜਾਬੀ ਸੱਭਿਆਚਾਰ ਨੂੰ, ਉਹਨਾਂ ਦੀ ਪੰਜਾਬੀ ਲਿਆਕਤ ਨੂੰ ਬਹੁਤ ਬਹੁਤ ਪਸੰਦ ਕਰਦੇ ਹਾਂ। ਅੱਜ ਸਾਨੂੰ ਆਪਦੇ ਪੁੱਤਰ ਜਿੰਨੀ ਖੁਸ਼ੀ ਹੋਈ ਆ, ਅਸੀਂ ਇਹ ਪਰਿਵਾਰ ਨੂੰ ਲੱਖ ਲੱਖ ਮੁਬਾਰਕਾਂ ਦੇਣ ਲਈ ਪਹੁੰਚੇ ਹਾਂ। ਬਿਲਕੁਲ, ਇੱਧਰ ਗੱਲ ਕਰਦੇ ਹਾਂ, ਕੁਛ ਔਰਤਾਂ ਵੀ ਖੜੀਆਂ ਨੇ। ਕਿੱਥੋਂ ਆਏ ਹੋ, ਕੀ ਨਾਮ ਹੈ? ਮੈਡਮ ਵੀਰ ਜੀ, ਮੇਰਾ ਨਾਮ ਮਨਦੀਪ ਹੈ, ਅਸੀਂ ਪਿੰਡ ਚਰਨਾਥਲ ਤੋਂ ਆਏ ਹਾਂ। ਸਾਰੀਆਂ ਫਰੈਂਡਾਂ ਇਕੱਠੀਆਂ ਹੋ ਕੇ ਮਤਲਬ ਇਹਨਾਂ ਨੂੰ ਮੁਬਾਰਕਾਂ ਦੇਣ। ਸਾਨੂੰ ਬਹੁਤ ਖੁਸ਼ੀ ਹੈ ਵੀ ਸਿੱਧੂ ਮੂਸੇਵਾਲੇ ਵਾਪਸ ਆਇਆ। ਸਾਨੂੰ ਬਹੁਤ ਜ਼ਿਆਦਾ ਮਤਲਬ ਸ਼ਬਦ ਨਹੀਂ ਹੈਗੇ ਵੀ ਇੰਨੀ ਕੀ ਖੁਸ਼ੀ ਹੋਈ ਹੈ। ਅਸੀਂ ਸਾਰੀਆਂ ਫਰੈਂਡਾਂ ਇਕੱਠੀਆਂ ਹੋ ਕੇ ਆਏ ਹਾਂ, ਇਹਨਾਂ ਨੂੰ ਮੁਬਾਰਕਾਂ। ਹੁਣੀ ਐਂਟਰੀ ਹੋਈ ਹੈ ਕੁਛ ਸਮਾਂ ਪਹਿਲਾਂ ਹੀ? ਹਾਂਜੀ ਹਾਂਜੀ, ਅਸੀਂ 15 ਮਿੰਟ ਲੇਟ ਹੋ ਗਏ। ਸਾਨੂੰ ਇਹ ਗੱਲ ਦਾ ਬਹੁਤ ਅਫਸੋਸ ਹੈ ਵੀ ਮਤਲਬ ਕੋਈ ਸਾਡੀ ਖੁਸ਼ੀ ਦਾ ਅੰਦਾਜ਼ਾ ਨਹੀਂ ਹੈਗਾ। ਬਿਲਕੁਲ, ਸਿੱਧੂ ਮੂਸੇਵਾਲੇ ਦੇ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਬੇਸ਼ੱਕ ਛੋਟਾ ਬੱਚਾ ਹੈ ਜਿਹੜਾ ਹਵੇਲੀ ਦੇ ਵਿੱਚ ਪ੍ਰਵੇਸ਼ ਕਰ ਗਿਆ, ਪਰ ਉਹਨਾਂ ਨੂੰ ਲੱਗਦਾ ਹੈ ਜਿਵੇਂ ਖੁਦ ਸਿੱਧੂ ਮੂਸੇਵਾਲਾ ਵਾਪਸ ਆਇਆ ਹੋ। ਦੇਵ ਸ਼ਰਮਾ, ਨਿਊਜ਼ 18, ਮੂਸਾ, ਮਾਨਸਾ।